ਸਤਿ ਸ੍ਰੀ ਅਕਾਲ ਪੰਜਾਬੀਓ, ਕੀ ਹਾਲ ਚਾਲ ਆ? ਦੁਆ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅੱਜ ਨਹਿਰ ਦੇ ਕਿਨਾਰੇ ਬੈਠੇ, ਤੁਸੀਂ ਸੋਚ ਰਹੇ ਹੋਵੋਗੇ ਕਿ ਪਤਾ ਨਹੀਂ ਨਹਿਰ ਦੇ ਕਿਨਾਰੇ ਕੀ ਕਰ ਰਹੇ ਆ। ਅਸੀਂ ਅੱਜ ਨਹਿਰ ਦੇ ਕਿਨਾਰੇ ਬੈਠ ਕੇ ਸਾਡਾ ਵੀਡੀਓ ਬਣਾਉਣ ਦਾ ਮਕਸਦ ਹੈਗਾ ਕਿ ਮਾਨ ਸਰਕਾਰ ਦਾ ਧੰਨਵਾਦ ਕਰਨਾ। ਮਾਲਵੇ ਦੇ ਵਿੱਚ ਨਹਿਰਾਂ ਦੇ ਮਸਲੇ ਦੀਆਂ ਕਾਫੀ ਵੀਡੀਓਜ਼ ਦੇਖ ਰਹੇ ਸੀਗੇ ਕਿ ਉਹ ਕਹਿ ਰਹੇ ਸੀ ਕਿ ਸਾਡੇ ਸੂਇਆਂ ਦੇ ਵਿੱਚ ਟੇਲ ਤੱਕ ਪਾਣੀ ਹੁਣ ਪਹੁੰਚਿਆ। 15-20 ਸਾਲ ਪਹਿਲਾਂ ਤੋਂ ਪਹਿਲਾਂ ਪਹੁੰਚਿਆ ਨਹੀਂ ਸੀ, ਲੇਕਿਨ ਅਸੀਂ ਇਹ ਕਹਿੰਦੇ ਹਾਂ ਕਿ ਸਾਡੀ ਨਹਿਰ ਬਣੀ ਨੂੰ 17-18 ਸਾਲ ਹੋ ਗਏ ਨੇ, 15-17 ਸਾਲ ਹੋ ਗਏ ਨੇ, ਇਹਦੇ ਵਿੱਚ ਪਾਣੀ ਹੁਣ ਆਇਆ। ਇਹ ਤੁਸੀਂ ਦੇਖੋ ਕਿ ਸਾਡੀ ਨਹਿਰ ਦੇ ਵਿੱਚ ਇਹ ਕੰਢੀ ਨਹਿਰ ਹੈ, ਇਹ ਤਲਵਾੜੇ ਵਾਲੇ ਡੈਮ ਦੇ ਵਿੱਚੋਂ ਜੋ ਨਹਿਰ ਨਿਕਲਦੀ ਹੈ ਦਸੂਏ ਵਾਲੀ, ਉਸ ਨਹਿਰ ਦੇ ਵਿੱਚੋਂ ਇਹ ਦੁਬਾਰਾ ਨਹਿਰ ਨਿਕਲਦੀ ਆ। ਔਰ ਇਹ ਨਹਿਰ 90% ਹੁਸ਼ਿਆਰਪੁਰ ਜ਼ਿਲ੍ਹੇ ਨੂੰ ਕ੍ਰੋਸ ਕਰਦੀ ਆ ਪਹਾੜ ਦੇ ਨਾਲ ਨਾਲ ਸ਼ਿਵਾਲਿਕ ਦੀਆਂ ਪਹਾੜੀਆਂ ਨੂੰ, ਔਰ 10% ਇਹ ਨਵੇਂ ਸ਼ਹਿਰ ਜ਼ਿਲ੍ਹੇ ਦੇ ਵਿੱਚ ਹੈ ਔਰ ਜਾ ਕੇ ਚਾਂਦਪੁਰ ਰੁੜਕੀ ਪੋਜੀਵਾਲ ਦੇ ਨਜ਼ਦੀਕ ਇਹ ਖਤਮ ਹੁੰਦੀ ਆ ਨਹਿਰ। ਔਰ ਜੋ ਮਾਨ ਸਰਕਾਰ ਨੇ ਟੀਚਾ ਮਿੱਥਿਆ ਸੀ ਕਿ ਹਰ ਖੇਤ, ਹਰ ਟੇਲ, ਹਰ ਕਿਸਾਨ ਤੱਕ ਨਹਿਰ ਦਾ ਪਾਣੀ ਪਹੁੰਚੇ, ਔਰ ਉਸ ਮੰਤਵ ਦੇ ਨਾਲ ਇਸ ਨਹਿਰ ਦੇ ਵਿੱਚ ਅਪ੍ਰੈਲ ਮਹੀਨੇ ਤੋਂ ਪਾਣੀ ਲਗਾਤਾਰ ਚੱਲ ਰਿਹਾ। ਔਰ ਇਸ ਨਹਿਰ ਦੀ ਖਾਸੀਅਤ ਇਹ ਆ ਕਿ ਬਾਕੀ ਜਿੰਨੀਆਂ ਵੀ ਨਹਿਰਾਂ ਪੰਜਾਬ 'ਚ ਚੱਲਦੀਆਂ ਨੇ ਉਹ ਚੜ੍ਹਦੇ ਤੋਂ ਲਹਿੰਦੇ ਨੂੰ ਚੱਲਦੀਆਂ ਨੇ, ਔਰ ਇਹ ਇੱਕ ਇਹੋ ਜਿਹੀ ਤਕਨੀਕ ਦੇ ਨਾਲ ਨਹਿਰ ਬਣੀ ਹੋਈ ਆ ਕਿ ਬਿਆਸ ਦਰਿਆ ਦਾ ਪਾਣੀ ਸਾਨੂੰ ਮਿਲ ਰਿਹਾ ਔਰ ਇਹ ਲਹਿੰਦੇ ਤੋਂ ਚੜ੍ਹਦੇ ਵੱਲ ਨੂੰ ਚੱਲ ਰਹੀ ਆ। ਦੇਖੋ ਸੂਰਜ ਵੀ ਛਿਪ ਰਿਹਾ ਔਰ ਇਸ ਨਹਿਰ ਦਾ ਪਾਣੀ ਚੜ੍ਹਦੇ ਨੂੰ ਜਾ ਰਿਹਾ। ਅਸੀਂ ਜਿਸ ਮੋਗੇ ਤੇ ਬੈਠੇ ਆ, ਇਸ ਮੋਗੇ ਤੋਂ ਕਾਲ ਭਗਤਾਂ, ਮੁੱਖੋਂ ਮਜਾਰਾ, ਜੈਤਪੁਰ, ਢੱਕੋਂ, ਬਾਹੋਵਾਲ ਇਹ ਸਾਰਿਆਂ ਪਿੰਡਾਂ ਨੂੰ ਪਾਣੀ ਲੱਗਦਾ। ਇਸ ਤੋਂ ਅਗਲਾ ਮੋਗਾ ਆ, ਉੱਥੋਂ ਉਹ ਗੋਗੜੋ ਪਿੰਡ ਦੇ ਵਿੱਚ ਮੋਗਾ ਆ, ਉਸ ਗੋਗੜੋ ਪਿੰਡ ਤੋਂ ਗੋਗੜੋ ਪਿੰਡ ਦੀ ਜ਼ਮੀਨ, ਸ਼ੇਰਪੁਰ ਪਿੰਡ ਦੀ ਜ਼ਮੀਨ ਔਰ ਬਾਹੋਵਾਲ ਪਿੰਡ ਦੀ ਜ਼ਮੀਨ ਨੂੰ ਝੋਨਾ ਲੱਗਦਾ। ਅਸੀਂ ਪਿੱਛੇ ਵੀ ਆਪਣੇ ਸੱਜਣਾਂ ਦੇ ਖੱਤਿਆਂ ਚੋਂ ਹੁੰਦੇ ਹੋਏ ਆਏ ਆ ਔਰ ਉਹਨਾਂ ਨੇ ਨਹਿਰ ਦੇ ਪਾਣੀ ਦੇ ਨਾਲ ਉਹ ਕੱਦੂ ਕਰ ਰਹੇ ਆ ਤੇ ਕੱਲ ਨੂੰ ਝੋਨਾ ਲਗਾਉਣਗੇ। ਔਰ ਅਸੀਂ ਮਾਨ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਕੰਢੀ ਏਰੀਏ ਦੇ ਇਸ ਨਹਿਰ ਦੇ ਵਿੱਚ ਪਾਣੀ ਦੇ ਕੇ ਕਿਸਾਨਾਂ ਨੂੰ ਜੋ ਲਾਭ ਪਹੁੰਚਾਇਆ ਹੈ ਉਹ ਹਮੇਸ਼ਾ ਯਾਦ ਰੱਖਿਆ ਜਾਊਗਾ।